ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਨੇ, ਚਾਹੇ ਉਹਨਾਂ ਦਾ ਭਾਸ਼ਣ ਹੋਵੇ ਜਾਂ ਫਿਰ ਉਹਨਾਂ ਦੇ ਪਹਿਰਾਵੇ ਦੀ ਗੱਲ ਹੋਵੇ। ਹੁਣ ਇੱਕ ਵਾਰ ਫਿਰ ਮੋਦੀ ਸੁਰਖੀਆਂ 'ਚ ਨੇ, ਜਿਸ ਦਾ ਕਾਰਨ ਹੈ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਨਰਿੰਦਰ ਮੋਦੀ 5 ਲੋਕਾਂ ਦੇ ਪੈਰ ਧੋਂਦੇ ਨਜ਼ਰ ਆ ਰਹੇ ਨੇ। ਸਿਰਫ ਇੰਨਾ ਹੀ ਨਹੀਂ, ਪੈਰ ਧੋਣ ਤੋਂ ਬਾਅਦ ਉਹ ਪੈਰਾਂ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ। ਤੁਸੀਂ ਵੀ ਵੀਡੀਓ ਦੇਖ ਕੇ ਸੋਚ ਰਹੇ ਹੋਵੋਗੇ ਕਿ ਆਖਿਰਕਾਰ ਇਹ ਕੌਣ ਨੇ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਪੈਰ ਧੋ ਰਹੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੀ ਪੂਰੀ ਸੱਚਾਈ। ਦਰਅਸਲ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਪ੍ਰਧਾਨ ਮੰਤਰੀ ਕੁੰਭ ਦੇ ਮੇਲੇ 'ਚ ਡੁਬਕੀ ਲਗਾਉਣ ਪਹੁੰਚੇ ਤੇ ਉਸੇ ਸਮੇਂ ਉਹਨਾਂ ਨੇ ਸਫਾਈ ਕਰਮਚਾਰੀ ਦੇ ਪੈਰ ਧੋਤੇ ਸੀ। ਇਸ ਵੀਡੀਓ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਜ਼ਰੀਏ ਵੀ ਪੋਸਟ ਕੀਤਾ ਹੈ ਤੇ ਲਿਖਿਆ ਕਿ ਮੈਂ ਸਫਾਈ ਕਰਮਚਾਰੀਆਂ ਦਾ ਸਨਮਾਨ ਕਰਦਾ ਹਾਂ ਜਿਨ੍ਹਾਂ ਨੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦਾ ਬੀੜਾ ਉਠਾਇਆ ਹੈ ਤੇ ਮੈਂ ਸਵੱਛ ਭਾਰਤ 'ਚ ਯੋਗਦਾਨ ਦੇਣ ਵਾਲੇ ਹਰ ਵਿਅਕਤੀ ਨੂੰ ਸਲਾਮ ਕਰਦਾ ਹਾਂ। ਉੱਧਰ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਟਵੀਟ ਉੱਤੇ ਕਈ ਲੋਕਾਂ ਨੇ ਸਵਾਲ ਚੁੱਕੇ ਨੇ। ਕਈ ਲੋਕਾਂ ਨੇ ਇਸ ਦੀ ਤਾਰੀਫ ਵੀ ਕੀਤੀ ਅਤੇ ਕਈਆਂ ਨੇ ਨਿੰਦਾ ਵੀ ਕੀਤੀ। ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹੁਣ ਸੱਤਾ ਦਾ ਸਵਾਲ ਹੈ, ਸੱਤਾ ਦੇ ਲਾਲਚ ਮੋਦੀ ਤੋਂ ਹੁਣ ਜੋ ਮਰਜ਼ੀ ਕਰਵਾ ਲਓ। ਦੂਜੇ ਪਾਸੇ ਕਈ ਲੋਕ ਮੋਦੀ ਦੇ ਹੱਕ ਵਿੱਚ ਉਤਰੇ ਨੇ, ਉਹਨਾਂ ਦਾ ਕਹਿਣਾ ਹੈ ਕਿ 70 ਸਾਲ 'ਚ ਪਹਿਲੀ ਵਾਰ ਅਜਿਹਾ ਹੋਇਆ ਕਿ ਕਿਸੇ ਪ੍ਰਧਾਨ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਪੈਰ ਧੋਤੇ ਹੋਣ। ਪਰ ਜੋ ਵੀ ਹੈ, ਅਸੀਂ ਇਹ ਗੱਲ ਲੋਕਾਂ ਤੇ ਛੱਡਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਜਿਹਾ ਕਰਨ ਨੂੰ ਕੀ ਸਮਝਿਆ ਜਾਵੇ। ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਵੋ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।